महंत करमजीत सिंह इस संस्था नूं चलाउण दे असमर्थ है। जे महंत करमजीत सिंह अपना डोप टेस्ट कराए, महंत करमजीत सिंह कुछ ऐसा सेवन करदा ते ओह खा पी के सुत्ता रहिंदा है। अज तक महंत करमजीत सिंह प्रधान बन तो बाद कई महीने बीत गए है, 52 गुरद्वारियां च नहीं जा सकिया। प्रबंध नूं सुचज्जा तां की करना सी, 2 सालां जिहड़ी असीं सख्त मेहनत करके हरियाणा कमेटी खड़ी कीती सी उहनूं 2 महीनिआं च खूह खाते सिट दित्ता। जिस गड्डी दा ड्राइवर ही नशई होवे उह गड्डी कित्थे जा सकदी आ। महंत करमजीत सिंह नशे का भी सेवन करते ने। उन्हें कहा कि महंत सारा दिन नशे च रहिंदे ने ते फिर मुलाजमां दे नाल काली गलोच करते हुए हथों पाई करन दी कोशिश कीती जांदी है, यह कहना बलजीत सिंह दादूवाल दा। इस नाल उन्हें कहा कि डेरे का भी मान रखा गया, जेकर डेरे दे विच विसाखी मनाउणी सी तां डेरे का प्रबंध क्यों लिया गया ते मैनूं दसो कि विसाखी मौके अमृत संचार कित्थे करवाए गए ते इतिहासिक गुरद्वारे होण दे बावजूद भी कोई इतिहासिक समागम नहीं करवाया गया। महंत करमजीत सिंह इस संस्था नूं चलाउण दे असमर्थ है। जो गल्लां मैं उस वेले कहियां सी कि महंत करमजीत सिंह अपना डोप टेस्ट कराए, ਤਾਂ ਕਈਆਂ ਨੂੰ ਉਸ ਵੇਲੇ ਇਤਰਾਜ਼ ਲੱਗਾ ਸੀ, ਜਿਹੜੇ ਜਾਣਦੇ ਨਹੀਂ ਸੀ ਕਿਉਂਕਿ ਨਵਾਂ ਸੀ ਇਸ ਖੇਤਰ ਦੇ ਅੰਦਰ। ਪਰ ਅੱਜ ਉਹਨਾਂ ਨੂੰ ਵੀ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਵਾਕਿਆ ਹੀ ਮਹੰਤ ਕਰਮਜੀਤ ਸਿੰਘ ਕੁਝ ਐਸਾ ਸੇਵਨ ਕਰਦਾ ਤੇ ਉਹ ਖਾ ਪੀ ਕੇ ਸੁੱਤਾ ਰਹਿੰਦਾ। ਉਹ ਇਹ ਸੰਸਥਾ ਨੂੰ ਅੱਜ ਤੱਕ ਮਹੰਤ ਕਰਮਜੀਤ ਸਿੰਘ ਪ੍ਰਧਾਨ ਬਣਨ ਤੋਂ ਬਾਅਦ ਕਈ ਮਹੀਨੇ ਬੀਤ ਗਏ ਆ, 52 ਗੁਰਦੁਆਰਿਆਂ ਚ ਨਹੀਂ ਜਾ ਸਕਿਆ। ਪ੍ਰਬੰਧ ਨੂੰ ਸੁਚੱਜਾ ਤਾਂ ਕੀ ਕਰਨਾ ਸੀ, 2 ਸਾਲਾਂ ਜਿਹੜੀ ਅਸੀਂ ਸਖਤ ਮਿਹਨਤ ਕਰਕੇ ਹਰਿਆਣਾ ਕਮੇਟੀ ਖੜੀ ਕੀਤੀ ਸੀ ਉਹਨੂੰ 2 ਮਹੀਨਿਆਂ ਚ ਖੂਹ ਖਾਤੇ ਸਿੱਟ ਦਿੱਤਾ। ਜਿਸ ਗੱਡੀ ਦਾ ਡਰਾਈਵਰ ਹੀ ਨਸ਼ਈ ਹੋਵੇ ਉਹ ਗੱਡੀ ਕਿੱਥੇ ਜਾ ਸਕਦੀ ਆ, ਉਹ ਐਕਸੀਡੈਂਟ ਹੋਏਗੀ, ਕਿਸੇ ਖੂਹ ਖਾਤੇ ਚ, ਕਿਸੇ ਦਰਖਤ, ਕਿਸੇ ਖੰਭੇ ਚ ਵੱਜੇਗੀ। ਤੇ ਮਹੰਤ ਕਰਮਜੀਤ ਸਿੰਘ ਜਿਹੜਾ ਇਹਨਾਂ ਚੀਜ਼ਾਂ ਦਾ ਸੇਵਨ ਕਰਦਾ ਉਹਨੇ ਅੱਜ ਜਿਹੜਾ ਹਾਲ ਕਮੇਟੀ ਦਾ ਕਰ ਦਿੱਤਾ ਤੁਹਾਡੇ ਸਾਹਮਣੇ। ਮੈਂ ਕਿਹਾ ਸੀ ਕਿ ਜਿਹੜੀ ਕਮੇਟੀ ਅਸੀਂ ਬਾਦਲ ਪਰਿਵਾਰ ਨਾਲ ਬਾਦਲ ਦਲ ਨਾਲ ਲੜ ਕੇ ਹੋਂਦ ਵਿੱਚ ਲਿਆਂਦੀ ਆ, ਤੇ ਜਿਹੜਾ ਬਾਦਲ ਦਲ ਦਾ ਪ੍ਰਸ਼ੰਸਕ ਹੋਵੇ, ਬਾਦਲ ਦਲ ਦਾ ਚਹੇਤਾ ਹੋਵੇ, ਚਾਪਲੂਸ ਹੋਵੇ, ਬਾਦਲ ਦਲ ਦੇ ਥਾਪੇ ਜਥੇਦਾਰਾਂ ਕੋਲੇ ਰਾਤਾਂ ਕੱਟਦਾ ਹੋਵੇ, ਉਹਨਾਂ ਨਾਲ ਵੱਖ ਵੱਖ ਸਟੇਟਾਂ ਚ ਘੁੰਮਦਾ ਹੋਵੇ, ਤੇ ਜਿਨ੍ਹਾਂ ਨੇ ਉਹਨੂੰ ਬਣਾਉਣ ਵਿੱਚ ਆਪਣਾ ਰੋਲ ਵੀ ਅਦਾ ਕੀਤਾ ਹੋਵੇ, ਉਹ ਹਰਿਆਣਾ ਕਮੇਟੀ ਨੂੰ ਕਿਸ ਤਰ੍ਹਾਂ ਸੁਚੱਜਾ ਚਲਾਵੇਗਾ। ਬਿਊਰੋ ਰਿਪੋਰਟ, ਚੜ੍ਹਦੀ ਕਲਾ, ਟਾਈਮ ਟੀਵੀ।